ਜਿੱਦਾਂ ਜਦੋਂ ਕਦੇ ਬੱਸ ਬੁੱਸ ਜਾਂ ਕਦੇ ਵੱਡਾ ਲੋਡ ਲੈ ਕੇ ਰੋਡ 'ਤੇ ਜਾਣਾ ਹੋਵੇ ਤਾਂ ਨਜ਼ਾਰਾ ਆ ਜਾਂਦਾ। ਤਾਂ ਫਿਰ ਕਰਤਾਰ ਅਮਲੇ ਦਾ ਗੀਤ ਚੇਤੇ ਆਉਂਦਾ, ਤੂੰ ਸਿੱਧੀ ਹੋ ਜਾ ਧੂਰੀ ਵਾਲੇ ਨੂੰ, ਅੱਜ ਲੈਣੀ ਆ ਟਰਾਈ ਵੱਲੋਂ ਤੇਰੀ, ਤੂੰ ਸਿੱਧੀ ਹੋ ਜਾ ਧੂਰੀ ਵਾਲੇ ਨੂੰ, ਅੱਜ ਲੈਣੀ ਆ ਟਰਾਈ ਵੱਲੋਂ ਤੇਰੀ। ਇਸੇ ਕਰਕੇ ਹੀ ਕਿਸੇ ਸ਼ਾਇਰੀ ਨੇ ਬਹੁਤ ਵਧੀਆ ਗੱਲਾਂ ਲਿਖੀਆਂ, ਕਾਰ ਦਾ ਕੀ ਚਲਾਉਣਾ ਜਿਹੜੀ ਸਾਬਣਦਾਨੀ ਹੈ, ਬੱਸ ਦਾ ਕੀ ਚਲਾਉਣਾ ਜਿਹੜੀ ਆਪ ਜਨਾਨੀ ਹੈ, ਚਲਾਉਣਾ ਅਤੇ ਟਰੱਕ ਚਲਾਉਣਾ ਜਿਹਦੀ ਮਰਦ ਨਿਸ਼ਾਨੀ ਆ, ਜਿਹਦੀ ਮਰਦ ਨਿਸ਼ਾਨੀ ਆ, ਇੱਦਾਂ ਲੋਡ ਲਏ ਕਿ ਜਾਂ ਰੋਡ 'ਤੇ ਜਾਣਾ ਅਤੇ ਇੱਕ ਵਾਰੀ ਤਾਂ ਨਜ਼ਾਰਾ ਆ ਜਾਂਦਾ ਬਾਈ। ਸਾਡੇ ਪੰਜਾਬੀਆਂ ਨੂੰ ਨਜ਼ਾਰੇ ਦੀ ਲੋੜ ਹੈ ਅਤੇ ਨਜ਼ਾਰਾ ਲੈਂਦੇ ਲੈਂਦੇ ਇਹ ਇੱਦਾਂ ਦੀਆਂ ਗੱਡੀਆਂ ਚਲਾਉਂਦੇ ਆ। ਇਸੇ ਕਰਕੇ ਪ੍ਰਦੇਸ਼ਾਂ 'ਚ ਘੁੰਮਦੇ ਫਿਰਦੇ ਆ, ਇਹ ਸਵਾਦ ਹੀ ਲੈਂਦੇ ਆ ਇਹੋ ਜਿਹੀਆਂ ਗੱਡੀਆਂ ਚਲਾ ਚਲਾ ਕੇ। ਹੈਂ